ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਯਾਦ ਹੋਣਾ, ਪਿੱਛੇ ਜਿਹੇ ਫੋਰਟ ਮਖਮਰੇ ਦੇ ਨੇੜੇ ਜਿਹੜਾ ਇੱਕ ਪ੍ਰੋਜੈਕਟ ਹੈਗਾ ਅੰਪੀਰੀਅਲ ਆਇਲ ਦਾ, ਉੱਥੇ ਉਹਨਾਂ ਦੇ ਉਸ ਪਲਾਂਟ ਦੇ ਉੱਤੋਂ ਜਿਹੜਾ ਜੀ ਟੇਲਿੰਗ ਪੌਂਡ ਦੇ ਵਿੱਚ ਜਦੋਂ ਉਹ ਪਾਣੀ ਜਾਂਦਾ, ਜਿਹੜਾ ਕਿ ਜਿਹਦੇ ਵਿੱਚ ਬਹੁਤ ਸਾਰੀਆਂ ਹੈਵੀ ਮੈਟਲਸ ਵਗੈਰਾ ਰਲੀਆਂ ਹੁੰਦੀਆਂ ਨੇ, ਉਹ ਪਾਣੀ ਜਿਹੜਾ ਸੀਗਾ ਉਹ ਗਾਂਹ ਸੀਪ ਕਰ ਗਿਆ, ਯਾਨੀ ਕਿ ਲੀਕ ਹੋ ਕੇ ਆਲੇ ਦੁਆਲੇ ਜਿਹੜਾ ਏਰੀਆ ਸੀ ਉੱਥੇ ਜਾਣਾ ਸ਼ੁਰੂ ਹੋ ਗਿਆ। ਇੱਥੋਂ ਤੱਕ ਕਿ ਜਿਹੜੀਆਂ ਵਾਟਰ ਬੋਡੀਜ਼ ਆ ਉਹਨਾਂ ਦੇ ਵਿੱਚ ਵੀ ਉਹ ਜਾਣਾ ਸ਼ੁਰੂ ਹੋ ਗਿਆ। ਪਰ ਅਲਬਰਟਾ ਦੀ ਜਿਹੜੀ ਰੈਗੂਲੇਟਰ ਆ ਉਹਨਾਂ ਨੂੰ ਵੀ ਖਬਰ ਨਹੀਂ ਪਹਿਲਾਂ ਕੀਤੀ ਗਈ। ਇਹ ਬਾਅਦ ਦੇ ਵਿੱਚ ਜਦੋਂ ਖਬਰ ਕੀਤੀ ਆ ਅਲਬਰਟਾ ਰੈਗੂਲੇਟਰ ਨੂੰ, ਉਹਨਾਂ ਨੇ ਫਿਰ ਪੁੱਛ ਪੜਤਾਲ ਕਰਨੀ ਸ਼ੁਰੂ ਕੀਤੀ, ਔਰ ਪੁੱਛ ਪੜਤਾਲ ਕਰਨ ਤੋਂ ਬਾਅਦ ਫਿਰ ਜੀ ਉਹ ਪੂਰੀ ਦੀ ਪੂਰੀ ਛਾਣਬੀਣ ਕੀਤੀ ਗਈ ਵੀ ਇਹ ਕਿਉਂ ਹੋਇਆ, ਕੀ ਗੱਲ ਆ। ਔਰ ਜਿਉਂ ਹੁਣ ਕੰਪਨੀ ਨੂੰ ਉਹਨਾਂ ਨੇ ਜੀ ਸਾਰੀ ਗੱਲਬਾਤ ਲੱਭਣ ਤੋਂ ਪਿੱਛੋਂ ਜਿਹੜੀ ਅੰਪੀਰੀਅਲ ਆਇਲ ਕੰਪਨੀ ਆ ਉਹਨੂੰ ਰੈਗੂਲੇਟਰ ਨੇ ਕੋਈ $50,000 ਦਾ ਜੁਰਮਾਨਾ ਕੀਤਾ ਆ, ਇਹ ਵੀ ਇਹ ਜਿਹੜਾ ਤੁਸੀਂ ਮੋਨੀਟਰ ਨਹੀਂ ਚੰਗੀ ਤਰ੍ਹਾਂ ਨਾਲ ਕੀਤਾ ਔਰ ਲੋਕਾਂ ਨੂੰ ਦੱਸਿਆ ਨਹੀਂ ਵੀ ਇਹ ਲੀਕੇਜ ਹੋ ਰਹੀ ਆ ਉਸ ਪੌਂਡ ਦੇ ਉੱਤੋਂ। ਉਹਨਾਂ ਦਾ ਕਹਿਣਾ ਸੀਗਾ ਜੀ ਵੀ ਉਹ ਥੋੜ੍ਹਾ ਹੀ ਮਤਲਬ ਦੂਰ ਜਿਹੜਾ ਸੀਗਾ ਪਾਣੀ ਗਿਆ ਸੀ, ਬਾਹਲੀ ਦੂਰ ਨਹੀਂ ਸੀ ਗਿਆ, ਪਰ ਜਦੋਂ ਉਹਦਾ ਛਾਣਬੀਣ ਹੁਣ ਕੀਤੀ ਗਈ ਹੈ ਤਾਂ ਪਤਾ ਲੱਗਾ ਵੀ ਉਹ ਕਾਫੀ ਦੂਰ ਤੱਕ ਜਿਹੜਾ ਜੀ ਪਾਣੀ ਉਹ ਜਾ ਚੁੱਕਾ ਸੀਗਾ। ਇਸ ਕਰਕੇ ਇਹਨਾਂ ਨੂੰ ਹੁਣ ਫਾਈਨ ਜਿਹੜਾ ਉਹ ਕੀਤਾ ਗਿਆ। ਹਾਲਾਂਕਿ ਰੈਗੂਲੇਟਰ ਨੇ ਇਹ ਗੱਲ ਕਹੀ ਆ, ਕਹਿੰਦਾ ਜੀ ਇਸ ਚੀਜ਼ ਦਾ ਬਾਹਲਾ ਜ਼ਿਆਦਾ ਇਨਵਾਇਰਮੈਂਟ ਦੇ ਉੱਤੇ ਕੋਈ ਐਡਾ ਬਾਹਲਾ ਫਰਕ ਨਹੀਂ ਪੈਂਦਾ, ਪਰ ਮੇਰਾ ਖਿਆਲ ਹੈ ਲੋਕ ਉਸ ਗੱਲ 'ਤੇ ਵੀ ਨਾਰਾਜ਼ ਨੇ। ਪਹਿਲੀ ਗੱਲ ਹੈ ਉਹ ਕਹਿੰਦੇ ਵੀ ਪਿਛਲੇ ਕੁਆਟਰ ਦੇ ਵਿੱਚ ਨਾ ਜਾਂ ਸੈਕਿੰਡ ਕੁਆਟਰ ਆਫ 2024 'ਚ ਜਿਹੜਾ ਅੰਪੀਰੀਅਲ ਆਇਲ ਆ ਇਹਨਾਂ ਨੇ $1.1 billion ਦਾ ਮੁਨਾਫਾ ਦੱਸਿਆ ਆ, ਔਰ ਉਹਨਾਂ ਨੂੰ $50,000 ਦਾ ਜੁਰਮਾਨਾ ਕਰਨਾ ਇੱਕ ਮਜ਼ਾਕ ਕਰਨ ਵਾਲੀ ਉਹ ਕਹਿੰਦੇ ਗੱਲ ਕੀਤੀ ਗਈ ਆ। ਪਰ ਨਾਲ ਦੀ ਨਾਲ ਜਿਹੜਾ ਜੀ ਇਹ ਗੱਲ ਹਜੇ ਨਿਬੜੀ ਨਹੀਂ, ਇਨਵੈਸਟੀਗੇਸ਼ਨ ਕੰਟੀਨਿਊਸ ਆ। ਉਹ ਕਹਿੰਦੇ ਵੀ ਇਹਦੇ ਵਿੱਚ ਜਿਹੜਾ ਗਾਹਾਂ ਮੋਨੀਟਰਿੰਗ ਵੈਲਸ ਜਿਹੜੇ ਆ ਉਹ ਕੰਪਨੀ ਵੱਲੋਂ ਲਾਏ ਗਏ ਨੇ, ਜਿਹਦੇ ਨਾਲ ਉਹ ਗਾਂ ਇਹਨੂੰ ਮੋਨੀਟਰ ਕਰਦੇ ਰਹਿਣਗੇ ਕਿ ਭਾਈ ਕਿਤੇ ਲੀਕੇਜ ਤਾਂ ਨਹੀਂ ਹੋ ਰਹੀ, ਜੇ ਹੋ ਰਹੀ ਆ ਤਾਂ ਕਿੰਨੀ ਆ ਅਤੇ ਉਹਨੂੰ ਕਿਵੇਂ ਸਟੋਪ ਕੀਤਾ ਜਾਵੇ। ਸੋ ਪਰ ਹਜੇ ਜਿਹੜੀ ਇਨਵੈਸਟੀਗੇਸ਼ਨ ਹੈ ਜੀ ਇਹ ਔਨ ਗੋਇੰਗ ਆ, ਚੱਲ ਰਹੀ ਆ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।